ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ فرمਾਈ ਤੇ ਮਿਠਾ ਜੀ ਵਡੀਆਂ ਖਬਰਾਂ ਲੈ ਕੇ ਮੈਂ ਇੱਕ ਵਾਰੀ ਫੇਰ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕੇ ਹਾਂ ਇਸ ਤੋਂ ਪਹਿਲੇ ਅਸੀਂ ਤੁਹਾਨੂੰ ਕਾਫੀ ਚੀਜ਼ਾਂ ਦੱਸੀਆਂ ਅਲੀਮਾ ਬਾਜੀ ਨੇ ਕੀ فرمایا ਖਾਨ ਸਾਹਿਬ ਦੇ ਬਾਰੇ ਕਿ ਜ਼ہنی ਤوازن ਖੂਬ ਹੈ ਮਰਵਤ ਸਾਹਿਬ ਦੀ ਉਹ ਜਿਹੜੀ ਸ਼ਰਾਬ ਵਾਲੀ ਵੀਡੀਓ ਜਿਹੜੀ ਉਹ ਨਿਕਲਾਈ ਕੋਈ ਕੰਮ ਬੰਦੇ ਦਾ ਪੁੱਤਣਾ ਵਾਲਾ ਹੈ ਹੀ ਨਹੀਂ ਪਤਾ ਨਹੀਂ ਕੀ ਕਰਦੇ ਫਿਰਦੇ ਨੇ ਕੈਸੇ ਕੈਸੇ ਲੋਕ ਅਸੈਂਬਲੀਆਂ ਦੇ ਵਿੱਚ ਪਹੁੰਚ ਚੁੱਕੇ ਨੇ ਇਹ ਮੈਨੂੰ ਇਸ ਗੱਲ ਦੀ ਸਮਝ ਨਹੀਂ ਪਈ ਆਉਂਦੀ ਕਿ ਕਿੰਨਾ ਕੋ ਇਹ ਨੌਜਵਾਨ نسل ਜਿਹੜੀ ਹੈ ਉਹਨੂੰ ਖਰਾਬੀ ਦੇ ਪਾਸੇ ਲੈ ਕੇ ਜਾ ਰਹੇ ਨੇ ਤੇ ਇਹਦੇ ਨਾਲ ਨਾਲ ਸੁਪਰੀਮ ਕੋਰਟ ਦੇ ਵਿੱਚ ਫਿਰ ਬੜੀ ਗੂੰਜ ਕੇਸ ਇੱਕ ਦੀ ਉਹ ਜਿਹੜਾ ਸਪੈਸ਼ਲ ਖਵਤਿਨ ਦੀਆਂ ਸੀਟਾਂ ਵਾਲਾ ਕੇਸ ਜਿਹੜਾ ਉਹ ਅਗਾ ਹੁਣ 3 ਜੂਨ ਤੇ ਚਲਾ ਗਿਆ ਔਰ ਪੰਜ ਰੁਕਣੀ ਬੈਂਚ ਬਵੇ ਦਾ ਉਸ ਤੋਂ ਬਾਅਦ ਹਾਲਾਤਾਂ ਵਾਕਿਆਤ ਜਿਹੜੇ ਨੇ ਉੱਚਲਣਗੇ ਲੇਕਿਨ ਅਸੀਂ ਆئین ਦੀ ਕਿਤਾਬ ਸਾਹਮਣੇ ਰੱਖ ਕੇ ਇਹ ਹੀ ਦੱਸਣਿਆ ਕਿ ਸੋਨਿਤ ਇਤਿਹਾਦ ਨੂੰ ਉਹ ਪੰਜੀ ਸੀਟਾਂ ਜਿਹੜੀਆਂ ਨੇ ਜਾਂ ਮਖੂਸ ਨਿਸ਼ਿਸ਼ਤਾ ਨੇ ਜਿਹੜੀਆਂ ਨੇ ਉਹ ਨਹੀਂ ਮਿਲ ਸਕਦੀਆਂ ਕਿਉਂਕਿ ਉਹ ਕੋਈ ਪੋਲੀਟੀਕਲ ਸਿਆਸੀ ਜਮਾਤ ਨਹੀਂ ਨਾ ਹੀ ਉਹਨਾਂ ਨੇ ਆਪਣੇ ਨਿਸ਼ਾਨ ਤੇ ਉਦੋਂ ਇਲੈਕਸ਼ਨ ਲੜਿਆ ਸੀ ਤੇ ਲਿਹਾਜ਼ਾ ਕਿਸੇ ਆਜ਼ਾਦ ਗਰੁੱਪ ਨੂੰ ਮਖੂਸ ਨਿਸ਼ਿਸ਼ਤਾ ਦੇਣਾ ਆਇਨ ਤੋੜਨ ਦੇ ਬਰਾਬਰ ਹੋਏਗਾ ਔਰ ਮੈਨੂੰ ਪੂਰਾ ਯਕੀਨ ਹੈ ਕਿ ਸੁਪਰੀਮ ਕੋਰਟ ਆਇਨ ਖੁਦ ਨਹੀਂ ਤੋੜੇਗੀ ਔਰ ਆਪਣੇ ਉੱਤੇ ਹੀ ਆਰਟੀਕਲ 6 ਨਹੀਂ ਲਵਾਏਗੀ ਠੀਕ ਹੋ ਗਿਆ ਅੱਛਾ ਜੀ ਖਬਰਾਂ ਜਿਹੜੀਆਂ ਮੈਂ ਲੈ ਕੇ ਹਾਜ਼ਰ ਹੋਇਆ ਕਾਜ਼ੀ ਤੱਪ ਗਿਆ ਤੇ ਫੈਜ਼ ਅਮੀਦ ਨੂੰ ਕਿਉਂ ਛੱਡਿਆ ਇਹ ਕੀ ਮਾਮਲਾ ਇਹ ਦੱਸਨੇ ਆ ਕਾਜ਼ੀ ਨੇ ਜੁੱਤੀ ਕਿਉਂ ਲਾ ਲਈ ਇਹ ਦੱਸਨੇ ਆ ਤਰੀਕਨ ਸਾਫ ਨੇ ਅਮਰੀਕਾ ਤੋਂ ਮਦਦ ਮੰਗ ਲਈ ਵੱਡੀ ਖਬਰ ਇਹ ਤੁਹਾਨੂੰ ਦੱਸਨੇ ਆ ਇਹਦੇ ਵਿੱਚ ਬਹੁਤ ਜ਼ਿਆਦਾ ਤੁਹਾਡੇ ਵਾਸਤੇ ਮਵਾਦ ਹੈ ਸ਼ੇਰ ਅਫਜ਼ਲ ਮਰਵਤ ਵੜ ਗਿਆ ਪਾਰਟੀ ਤੋਂ ਵੀ ਛੁੱਟੀ ਇਹ ਕੀ ਮਾਮਲਾ ਹੈ ਦੱਸਨੇ ਖਾਬਰ ਮਨੈਕਾ ਦਾ ਛੱਕਾ ਤੇ ਪੀਰਨੀ ਫੇਰ ਫੜੀ ਗਈ ਇਹ ਕੀ ਮਾਮਲਾ ਹੈ ਇਹ ਅਸੀਂ ਤੁਹਾਡੇ ਸਾਹਮਣੇ ਗੋਸ਼ ਕੁਜ਼ਾਰ ਕਰਨੇ ਆ ਚਲੋ ਪਹਿਲੇ ਅਸੀਂ ਅਦਾਲਤਾਂ ਤੋਂ ਹੀ ਕੰਮ ਸ਼ੁਰੂ ਹੋਇਆ ਤੇ ਅਦਾਲਤ ਤੋਂ ਸ਼ੁਰੂ ਕਰਨੇ ਆ ਕਾਜ਼ੀ ਤੱਪ ਗਿਆ ਤੇ ਫੈਜ਼ ਅਮੀਦ ਨੂੰ ਕਿਉਂ ਛੱਡਿਆ ਇਹ ਫੈਜ਼ਾਬਾਦ ਧਰਨਾ ਕੇਸ ਕਾਜ਼ੀ ਨੇ ਚੰਦ ਸਾਲ ਪਹਿਲੇ ਜਦੋਂ ਜੱਜ ਸੀ ਕਾਜ਼ੀ ਸੁਪਰੀਮ ਕੋਰਟ ਦਾ ਉਦੋਂ ਚੀਫ ਜਸਟਿਸ ਕੋਈ ਹੋਰ ਸੀ ਮੇਰੇ ਖਿਆਲ ਨਾਲ ਖੋਸਾ ਸੀ ਜਾਂ ਕੌਣ ਸੀ ਤੇ ਫੈਜ਼ਾਬਾਦ ਧਰਨਾ ਜਿਹੜਾ ਬਦਨਾਮੇ ਜ਼ਮਾਨਾ ਉਹ ਤੁਹਾਨੂੰ ਯਾਦ ਫੈਜ਼ ਉਮੀਦ ਨੇ ਮਸਲੀ ਇਕੱਠੇ ਕੀਤੇ ਮਸਲੇ ਪਿੰਡਾਂ ਵਿੱਚੋਂ ਪਠਿਆਂ ਤੋਂ ਦਾਤਾ ਦਰਬਾਰ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਉਹਨਾਂ ਦੀ ਇੱਕ ਜਮਾਤ ਬਣਾਈ ਕੂੜਾ ক্রিকেট ਇਕੱਠਾ ਕਰਕੇ ਤੇ ਉਹਨਾਂ ਦੀ ਇੱਕ ਜਮਾਤ ਬਣਾਈ ਮਸਬੀ ਉਹਦਾ ਨਾਮ ਰੱਖਿਆ ਬਾਈਕ ਉਹ ਬਾਈਕ ਨੂੰ ਫਿਰ ਛਾੜ ਦਿੱਤਾ ਸ਼ਹਿਰ ਕਾਨਾਬਾਸੀ ਦੀ ਹਕੂਮਤ ਉੱਤੇ ਤੇ 90 ਅਰਬ ਰੁਪਈਆ ਰੋਜ਼ਾਨਾ ਦਾ ਪਾਕਿਸਤਾਨ ਨੂੰ ਨੁਕਸਾਨ ਹੁੰਦਾ ਰਿਹਾ ਤੇਰੀ ਰਾਤੀ ਵੀ ਕੋਈ ਨਹੀਂ ਜਮਿਆ ਫੈਜ਼ হামিদ ਠੀਕ ਹੋ ਗਿਆ ਉਹ ਫਿਰ ਕਾਜ਼ੀ ਨੇ ਉਦੋਂ ਫੈਸਲਾ ਦਿੱਤਾ ਕਿ ਫੈਜ਼ হামিদ ਨੂੰ ਵੀ ਚਾੜੋ ਉਤਾ ਬਾਜਵੇ ਨੂੰ ਵੀ ਚਾੜੋ ਤੇ ਬਈ ਵਾਲਿਆਂ ਨੂੰ ਵੀ ਚਾੜੋ ਤੇ ਇੱਕ ਟੀਵੀ ਚੈਨਲ ਸੀ ਉਹਨਾਂ ਨੂੰ ਵੀ ਚਾੜੋ ਤੇ ਇਹਨਾਂ ਦਾ ਕਰੋ ਪੁੱਤਾ ਆਪਣਾ ਖਾਤਾ ਗੋਲ ਲੇਕਿਨ ਕੌਣ ਕਰੇ ਫੈਜ਼ হামিদ ਪੂਰਾ ਬੁਰਾ ਬਾਦਸ਼ਾਹ ਜੀ ਕੌਣ ਕਰੇ ਠੀਕ ਹੈ ਨਾ ਜੀ ਬਦ ਕਿਸਮ ਦੀ ਜਰਾ ਚੈੱਕ ਕਰੋ ਪਾਕਿਸਤਾਨ ਦੀ ਕਿ ਕਿਸ ਤਰ੍ਹਾਂ ਦੇ ਲੋਕ ਜਿਹੜੇ ਉਹ ਬਾਦਸ਼ਾਹ ਬਣੇ ਰਹੇ ਨੇ ਉਹ ਜਨਾਬ ਖੈਰ ਉਹਨੋਂ ਕਾਜ਼ੀ ਆਇਆ ਤੇ ਉਹਨੇ ਇੱਕ ਕਮਿਸ਼ਨ ਬਣਾ ਦਿੱਤਾ ਕਿ ਦੁਬਾਰਾ ਤੋਂ تحقیقات ਕਰਕੇ ਲਿਆਓ ਬਈ ਸਾਰੀ ਕਿਸ ਹਾਕਤਾ ਬਸ ਸਾਰਿਆਂ ਕੋਲੋਂ ਸਵਾਲਾਂ ਜਵਾਬ ਪੁੱਛ ਕੇ ਲਿਆਓ ਬਤੂ ਕੀ ਕੀਤਾ ਤੂੰ ਕੀ ਕੀਤਾ ਤੂੰ ਕੀ ਕੀਤਾ ਉਹ ਅਗੋਂ ਦੋ ਤਿੰਨ ਮਹੀਨੇ ਕਮਿਸ਼ਨ ਜਿਹੜਾ ਬਣਿਆ ਰਿਹਾ ਉਹਨੇ ਰਿਪੋਰਟ ਪੇਸ਼ ਕਰ ਦਿੱਤੀ ਕਾਜ਼ੀ ਦੇ ਸਾਹਮਣੇ ਤੇ ਕਾਜ਼ੀ ਰਿਪੋਰਟ ਵੇਖ ਕੇ ਤ ਜਾਂਦਾ ਤੱਪ ਕਾਜ਼ੀ ਕਹਿੰਦਾ ਬਈ ਇਹ ਕੀ ਰਿਪੋਰਟ ਇਹਦੇ ਵਿੱਚ ਕਿੱਥੇ ਅਫਾਜ਼ ਉਮੀਦ ਦਾ ਬਿਆਨ ਕਿੱਥੇ ਇਹਦੇ ਵਿੱਚ ਉਹ ਉਹਦੇ ਚ ਬਾਜਵੇ ਦਾ ਬਿਆਨ ਕਿੱਥੇ ਆ ਇਹਦੇ ਚ ਬਈ ਵਾਲੇ ਮੁਸੱਲੀ ਜਿਹੜੇ ਨੇ ਉਹਨਾਂ ਦਾ ਬਿਆਨ ਕਿੱਥੇ ਆ ਕਿਹੜੀ ਰਿਪੋਰਟ ਹੈ ਮਤਲਬ ਗਏ ਦੇ ਚ ਸਿਆਸਤਦਾਨਾਂ ਕੋਲੋਂ ਤੁਸੀਂ ਬਿਆਨ ਲੈ ਲੈ ਤੇ ਉਹ ਦੂਜਿਆਂ ਕੋਲੋਂ ਬਿਆਨ ਫੈਜ਼ ਅਮੀਦ ਦਾ ਬਿਆਨ ਕਿੱਥੇ ਆ ਬਾਜਵੇ ਦਾ ਕਿੱਥੇ ਆ ਉਹ ਬਈ ਵਾਲੇ ਜਿਹੜੇ ਦਸ਼ਤ ਕਰਦੇ ਨੇ ਉਹਨਾਂ ਦਾ ਕਿੱਥੇ ਜਿਹੜੇ ਬਈਕ 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 ਕਰਦੇ ਨੇ ਉਹ ਦੌਲੇ ਸ਼ਾਹ ਦੇ ਚੂਵੇ ਉਹਨਾਂ ਦਾ ਬਿਆਨ ਕਿੱਥੇ ਆ ਮੁਲਕ ਦੁਸ਼ਮਣ ਜਿਹੜੇ ਸੀ ਉਹ ਮੁਸੱਲੀ ਇਕੱਠੇ ਕਰਕੇ ਜਿਹੜੀ ਉਹ ਦਿਮਾਗ ਬਣਾਈ ਜਮਾਤ ਬਣਾਈ ਸੀ ਬਈਕ ਬਈਕ ਹੈ ਉਹ ਕਾਜ਼ੀ ਨੇ ਕਿਹਾ ਕੀ ਰਿਪੋਰਟ ਇਹ ਘਰ ਅੰਦਰ ਬੈਠ ਕੇ ਰਿਪੋਰਟ ਬਣਾਈ ਤੁਸੀਂ ਇਹ ਕਿ ਕਮਿਸ਼ਨ ਜਿਹੜਾ ਬਣਿਆ ਸੀ ਉਹ ਕਾਜ਼ੀ ਜਿਹੜਾ ਉਹਨਾਂ ਕਹਿੰਿਆ ਬ ਇਹਦੇ ਵਿੱਚ ਤੁਸੀਂ ਫੈਜ਼ ਅਮੀਦ ਨੂੰ ਉੰਜ ਹੀ ਬਰੀ ਕਰ ਦਿੱਤਾ ਨਾ ਫੈਜ਼ ਅਮੀਦ ਨੇ ਤੁਹਾਡੇ ਸਾਹਮਣੇ ਬਿਆਨ ਦਿੱਤਾ ਨਾ ਉਹਨੇ ਕੋਈ ਤਨ ਕੱਖ ਦਿੱਤਾ ਨਾ ਤੁਸੀਂ ਕੋਈ ਸਵਾਲ ਪੁੱਛਿਆ ਤੇ ਇਹਦੇ ਜੀ ਤੁਸਾਂ ਨੂੰ ਬਰੀ ਕਰ ਦਿੱਤਾ ਤੇ ਮੈਂ ਫੈਸਲਾ ਦਿੱਤਾ ਬ ਇਹਨੂੰ ਉਤਾਂ ਛਾੜੋ ਸਾਰਾ ਕਸੂਰੀਅਤ ਤੇ ਕਾਜ਼ੀ ਸਾਹਿਬ ਨੇ ਜਦੋਂ ਤੱਪ ਛੱਡੀ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਰਿਪੋਰਟ ਨੂੰ ਅਸੀਂ ਯਕਸਰ مسترد ਕਰਨੇ ਹੈ ਇਹ ਤੁਸੀਂ ਹੁੰਦੇ ਕੌਣ ਹੋ ਕਿ ਤੁਸੀਂ ਇਹ ਜਨਰਲ ਫੈਜ਼ ਨੂੰ ਛੱਡਣ ਵਾਲੇ ਕਿਉਂ ਕਿ ਸਾਰਾ ਮੁਜਰਮ ਹੀ ਹੋਏ ਜਨਰਲ ਫੈਜ਼ ਔਰ ਨਾਲ ਬਈ ਵਾਲੇ ਮੁਸੱਲੀ ਜਿਹੜੇ ਨੇ ਉਹ ਤੇ ਇੱਕ ਟੀਵੀ ਚੈਨਲ ਜਿਹੜਾ ਔਰ ਉਸ ਤੋਂ ਬਾਅਦ ਐ ਬਾਕੀ ਜਿਹੜਾ ਖਾਤਾ ਉਹਨੇ ਕਿਹਾ ਬਈ ਤੁਸੀਂ ਅਸਲ ਜਿਹੜੇ ਮੁਜਰਮ ਨੇ ਉਹਨਾਂ ਕੋਲ ਦਸਵਾਲ ਹੀ ਨਹੀਂ ਪੁੱਛੇ ਤੇ ਰਿਪੋਰਟ ਤੁਸੀਂ ਵੀ ਸਾਡੇ ਸਾਹਮਣੇ ਪੇਸ਼ ਕਰ ਦਿੱਤੀ ਤੇ ਕਾਜ਼ੀ ਨੇ ਰਿਪੋਰਟ مسترد ਕਰ ਦਿੱਤੀ ਤੇ ਨਾਲ ਕਾਜ਼ੀ ਨੇ ਜਿਹੜਾ ਸਭ ਤੋਂ ਵੱਡਾ ਲਫ਼ਜ਼ ਬੋਲਿਆ ਕਿ ਅਗਰ ਫੈਜ਼ਾਬਾਦ ਧਰਨੇ ਵਾਲਿਆਂ ਨੂੰ ਸਜ਼ਾ ਮਿਲ ਜਾਂਦੀ ਤੇ 9 ਮਈ ਨਾ ਹੁੰਦਾ ਇਸ ਇਸ ਮੁਲਕ ਦੇ ਵਿੱਚ ਸ਼ਾਜੀ ਹਾਫਜ਼ ਸਾਹਿਬ ਧਿਆਨ ਕਰਨਾ ਕਿ ਕਾਜ਼ੀ ਨੇ ਕਿਹੜੀ ਗਹਿਰਾਈ ਦੇ ਵਿੱਚ ਜਾ ਕੇ ਗੱਲ ਕੀਤੀ ਕਿ ਅਗਰ ਫੈਜ਼ ਅਮੀਦ ਨੂੰ ਬਾਈਕ ਵਾਲੇ ਮਸਲੀਆਂ ਨੂੰ ਔਰ ਉਸ ਤੋਂ ਬਾਅਦ ਜਿਹੜੇ ਇੱਕ ਦੋ ਹੋਰ ਕਿਰਦਾਰ ਸੀ ਇੱਕ ਟੀਵੀ ਚੈਨਲ ਸੀ ਉਹ ਫੈਸਲਾਬਾਦ ਵਾਲਾ ਉਹ ਮੈਲ ਦਾ ਮਾਲਕ ਜਿਹੜਾ ਠੀਕ ਹੈ ਅਗਰ ਇਹਨਾਂ ਨੂੰ ਉ ਤਾਂ ਛਾੜ ਦਿੱਤਾ ਹੁੰਦਾ ਇਹ ਹਾਫਜ਼ ਸਾਹਿਬ ਤੇ 9 ਮਈ ਕਰਨ ਦੀ ਕੋਈ ਜ਼ਰੂਰਤ ਨਾ ਕਰਦਾ ਇਹ ਬੜੀ ਗਹਿਰੀ ਗੱਲ ਹੈ ਇਹ ਸਮਝਣ ਵਾਲੀ ਗੱਲ ਹੈ ਤੇ ਬਰਨ ਇਹ ਇਹ ਉਹ ਮਾਮਲਾ ਅਗਾ ਟੁਰਨਾ ਫੈਜ਼ਾਬਾਦ ਧਰਨੇ ਵਾਲਾ ਮੈਨੂੰ ਲੱਗਦਾ ਹੈ ਕਿ ਕਾਜ਼ੀ ਨੇ ਆਪਣੇ ਜਾਨ ਤੋਂ ਪਹਿਲੇ ਪਹਿਲੇ ਕਿਧਰੇ ਨਾ ਕਿਧਰੇ ਮਨਜੀ ਠੋਕ ਪ੍ਰੋਗਰਾਮ ਜਿਹੜਾ ਨਾ ਉਹ ਕਰਕੇ ਜਾਣਾ ਉਸ ਤੋਂ ਇਲਾਵਾ ਇੱਕ ਗੱਲ ਅਗਾ ਨਹੀਂ ਵਧਣੀ ਅੱਗੇ ਆਜੋ ਜਨਾਬ ਤੁਸੀਂ ਅੱਲਾ ਭਲਾ ਕਰੇ ਤਰੀਕ ਇਨਸਾਫ ਨੇ ਅਮਰੀਕਾ ਕੋਲੋਂ ਮਦਦ ਮੰਗ ਲਈ ਤੇ ਵੱਡੀ ਖਬਰ ਹੈ ਇਹਦੇ ਚ ਤਰੀਕ ਇਨਸਾਫ ਅਮਰੀਕੀ ਸਾਜ਼ਿਸ਼ ਨਾ ਮਨਜ਼ੂਰ ਹੱਦ ਅਮਰੀਕੀ ਸਾਦੇਸ਼ ਨਾ ਮਨਜ਼ੂਰ ਤੋਂ ਸ਼ੁਰੂ ਹੋ ਕੇ ਅਮਰੀਕਾ ਸਾਡਾ ਪਿਓ ਇੱਥੇ ਆ ਕੇ ਮੁਕਦੀ ਏ ਪੀ ਗੱਲ ਗੱਲ ਹੁਣ ਇੱਥੇ ਆ ਗਈ ਮੁਖਤਾਰਿਆ ਇਹ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਇਹਨੂੰ ਕੱਢਿਆ ਗਿਆ ਤੇ ਇਹਨੇ ਨਾਰਾ ਬਣਾਇਆ ਅਮਰੀਕੀ ਸਾਦੇਸ਼ ਨਾ ਮਨਜ਼ੂਰ ਔਰ ਉਦੋਂ ਜਿੰਨੇ ਵੀ ਆ ਮੁਲਕ ਦੁਸ਼ਮਣ ਯੁੱਥੀ ਅਸੀਂ ਔਰ ਯੁੱਥਣਾ ਸੀ ਠੀਕ ਹੈ ਇਹਨਾਂ ਨੇ ਆਪਣੇ ਜਿਹੜੇ ਜਿਸਮ ਨੇ ਉਹਨਾਂ ਦੇ ਉੱਤੇ ਇਹ ਨਾਰੇ ਲਹਾਏ ਤਵੱਜੋ ਚਾਹੀਦੀ ਇਸ ਗੱਲ ਤੇ ਪੂਰੀ ਗੱਡੀਆਂ ਦੇ ਉੱਤੇ ਨਾਰੇ ਲਖਵਾਏ ਤੇ ਆਪਣੇ ਘਰਾਂ ਦੇ ਅੰਦਰ ਮਤਲਬ ਕਿ ਵਲਦਾਂ ਦੇ ਜਿਸਮ ਤੇ ਵੀ ਇਹ ਨਾਰੇ ਲਖਵਾਏ ਕਿ ਅਮਰੀਕੀ ਸਾਜਿਸ਼ ਨਾ ਮਨਜ਼ੂਰ ਔਰ ਤਰੀਕ ਇਨਸਾਫ ਦੀਆਂ ਜਿਹੜੀਆਂ ਮਾਈਆਂ ਨੇ ਜਿਹੜੀਆਂ ਖੜਕੀਆਂ ਮਾਈਆਂ ਨੇ ਮਤਲਬ ਇੰਨੀ ਕੋ ਖੜਕੀਆਂ ਨੇ ਕਿ ਤੁਹਾਡੀ ਸੋਚ ਹੈ ਇਹ ਬਰਤਾਨੀਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਇਹ ਮਾਈਆਂ ਸੀ ਤਰੀਕ ਇਨਸਾਫ ਦੀਆਂ ਇਹਨਾਂ ਨੇ ਆਪਣੇ ਜਿਸਮ ਦੇ ਨਾਜ਼ਕ ਜਿਹੜੇ ਅਜ਼ਾਜ਼ ਸੀ ਨਾਜ਼ਕ ਜਿਹੜੇ ਅਜ਼ਾਜ਼ ਸੀ ਆਪਣੇ ਜਿਸਮ ਦੇ ਸਾਹਮਣੇ ਵਾਲੇ ਤੇ ਪਿੱਛੇ ਵਾਲਾ ਖਾਤਾ ਯਾਨੀ ਕਿ ਬੋਨਟ ਤੇ ਡਿੱਗੀ ਇਹਨਾਂ ਦੇ ਉੱਤੇ ਇਹ ਜਿਹੜੇ ਨਾਜ਼ਕ ਅਜ਼ਾਰ ਨੇ ਇਹਨਾਂ ਦੇ ਉੱਤੇ ਕਲੀ ਕਰਾਈ ਔਰ ਖਤਕਾਰੀ ਕਰਾਈ ਕਿ ਅਮਰੀਕੀ ਸਾਦਿਸ਼ ਨਾਮਨਜ਼ੂਰ ਮਤਲਬ ਇਹ ਕਪੜੇ ਲੁਆ ਕੇ ਇਹ ਜਿਹੜੀਆਂ ਮਾਈਆਂ ਸੀ ਅਮਰੀਕਾ ਬ੍ਰਿਟਾਨੀਆ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇਹ ਇਹਨਾਂ ਮੁਲਕਾਂ ਦੇ ਵਿੱਚ ਜਿਹੜੀਆਂ ਉਹ ਥੱਕਣ ਖੜਕੀਆਂ ਮਾਈਆਂ ਸੀ ਯੁੱਧ ਨਾਲ ਉਹਨਾਂ ਨੇ ਇਹ ਜਿਹੜਾ ਸੀ ਨਾ ਨਾਰਾ ਅਮਰੀਕੀ ਸਾਜ਼ਿਸ਼ ਨਾ ਮੰਜ਼ੂਰ ਆਪਣੇ ਜਿਸਮ ਦੇ ਨਾਜ਼ਕ ਅਜ਼ਾਵਾਂ ਦੇ ਉੱਤੇ ਕਲੀ ਕਰਾ ਲਿਆ ਖਤਕਾਰੀ ਕਰਾ ਲਈ ਯਾਨੀ ਕਿ ਤ੍ਰੋਪੇ ਭਰਾ ਲੈ ਬਰ ਨਾ ਹੋ ਸਕੇ ਲੈਵੇ ਤੇ ਨਾ ਜਾਨ ਛੁੱਟੇ ਯਾਨੀ ਕਿ ਆਪਣੇ ਜਿਸਮ ਬਰਬਾਦ ਕਰ ਲੈ ਜਿਸਮ ਕਾਲੇ ਕਰਵਾ ਲੈ ਇਹ ਮੋਰੀ 420 ਦੀ ਮੁਹੱਬਤ ਵਿੱਚ ਔਰ ਅਮਰੀਕਾ ਦੀ ਦੁਸ਼ਮਣੀ ਤੇ ਅਮਰੀਕਾ ਦੇ ਵਿੱਚ ਰਹਿ ਕੇ ਕਰਾਇਆ ਹੈ ਕੁਦੋ 230 ਮਈ ਅਮਰੀਕਾ ਦੇ ਵਿੱਚ ਉਹਨੇ ਅਮਰੀਕਾ ਦੇ ਵਿੱਚ ਰਹਿੰਦੇ ਆ ਅਮਰੀਕਾ ਦਾ ਮਾਲ ਖਾਂਦੇ ਆ ਉਹਨੇ ਲਹਾ ਲਿਆ ਇੱਥੇ ਆਪਣੇ ਸੰਤਰਿਆਂ ਦੇ ਤੇ ਪਿੱਛੇ ਡਿੱਗੀ ਤੇ ਅਮਰੀਕੀ ਸਾਦਿਸ਼ਨਾ ਮਨਜ਼ੂਰ 230 ਮਈ ਇੰਜ ਦੀ ਵੀ ਉੱਥੇ ਫਿਰਦੀ ਐ ਪੀ ਆਵਾਰਾ ਅਮਰੀਕਾ ਦੇ ਵਿੱਚ ਠੀਕ ਹੋ ਗਿਆ ਨਾ ਉਹ ਆਪਣੇ ਕੀਮਤੀ ਅਸਾਸੇ ਇਹਨਾਂ ਨੇ ਖਰਾਬ ਕਰਾ ਲਿਆ ਕੀਮਤੀ ਅਸਾਸੇ ਹੁਣ ਤੁਸੀਂ ਸਮਝ ਹੀ ਗਏ ਕਿ ਕੀ ਕਿਹਾ ਹੈ ਅੱਛਾ ਕੀਮਤੀ ਅਸਾਸੇ ਜਿਹੜੇ ਨੇ ਉਹ ਖਰਾਬ ਕਰਾ ਲੇ ਕਾਲੇ ਕਰਾ ਲੇ ਔਰ ਉਹ ਜਨਾਬ ਹੁਣ ਹੁੰਦਾ ਕੀ ਹੈ ਕਿ ਅਮਰੀਕਾ ਦਾ ਜਿਹੜਾ سفیر ਡੋਨਲਡ ਬਲੂਮ ਜਿਹਦੇ ਉੱਤੇ ਇਲਜ਼ਾਮ ਲੱਗਾ ਸੀ ਕਿ ਇਹਨੇ ਜਨਾਬ ਕਢਾਇਆ ਹੈ ਤੇ ਇਹ ਸਾਜ਼ਿਸ਼ ਤੇ ਫਲਾ ਹੈ ਤੇ ਠੀਕ ਉਹਦੇ ਨਾਲ ਹੁਣ ਤਰੀਕੇ ਇਨਸਾਫ ਦੇ ਲੋਕਾਂ ਨੇ ਕੀਤੀ ਹੈ ਮੁਲਾਕਾਤ اسلامਬਾਦ ਦੇ ਵਿੱਚ ਮੁਲਾਕਾਤ ਕੀਤੀ ਤੇ ਮੁਲਾਕਾਤ ਦੇ ਵਿੱਚ ਉਮਰ ਯੂਬ ਬਰਿਸਟਰ ਗੋਹਰ ਅਸਦ ਕੈਸਰ ਔਰ rauf hasan ਸੈਕਟਰੀ ਇਨਫੋਰਮੇਸ਼ਨ ਜਿਹੜਾ ਉਹਨਾਂ ਉਹ ਸ਼ਾਮਲ ਸੀ ਔਰ ਉਹਦੇ ਵਿੱਚ ਅਮਰੀਕੀ سفیر ਡੇਵਿਡ ਬਲੂਮ ਨੂੰ ਹੱਥ ਜੋੜ ਕੇ ਉਹਦੇ ਕੋਲੋਂ ਮਾਫੀ ਮੰਗੀ ਗਈ ਔਰ ਉਹਨੂੰ ਇਹ ਵੀ ਕਿਹਾ ਗਿਆ ਕਿ حقیقی ਆਜ਼ਾਦੀ ਦੇ ਨਾਅਰੇ ਔਰ ਅਮਰੀਕੀ ਸਾਜ਼ਿਸ਼ ਨਾ ਮੰਜ਼ੂਰ ਦੇ ਨਾਅਰੇ ਤੇ ਅਸੀਂ ਮਾਜ਼ਰਤ ਚਾਹਨੇ ਹਾਂ ਹੁਣ ਦੱਸੋ ਬੰਨੋ ਉਹ ਕਹਿੰਦਾ ਕਿ ਇਹ ਨਾਅਰੇ ਸਿਰਫ ਅਸੀਂ ਆਵਾਮ ਨੂੰ ਇਸ਼ਤਿਆਲ ਦਿਵਾਉਣ ਵਾਸਤੇ ਔਰ ਫੌਜ ਦੇ ਖਿਲਾਫ ਉਕਸਾਨ ਵਾਸਤੇ ਲਾਏ ਸੀ ਤੇ ਸਾਨੂੰ ਤੁਸੀਂ ਮਾਫੀ ਦੇ ਦਿਓ ਅਮਰੀਕਾ ਜੀ ਅਮਰੀਕਾ ਨੂੰ ਅਸੀਂ ਆਪਣਾ ਬਾਪ ਦਾ ਦਰਜਾ ਦਿੰਦੇ ਹਾਂ ਇਹ ਕਿਹਾ ਤ੍ਰੀਕੇਨ ਸਾਹਿਬ ਦੇ ਵਫਦ ਨੇ ਔਰ ਨਾਲ ਕਿਹਾ ਕਿ ਅਸੀਂ ਤੁਹਾਡੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਆ ਹੁਣ ਤੁਸੀਂ ਹੁਣ ਕਹਿੰਦੇ ਨੇ ਕਿ ਸਾਨੂੰ ਮਾਫ ਕਰ ਦਿੱਤਾ ਜਾਏ ਔਰ ਅਸੀਂ ਤੁਹਾਡੇ ਤਾਬੇਦਾਰ ਹੋ ਕੇ ਜੀਵਾਂਗੇ ਹੁਣ ਤੁਸੀਂ ਮੈਨੂੰ ਇਹ ਦੱਸੋ ਬਈ ਉਹ ਜਿਹੜੀਆਂ ਔਰਤਾਂ ਜਿਨ੍ਹਾਂ ਨੇ ਆਪਣੇ ਨਾਜ਼ੁਕ ਆਜ਼ਾਦ ਉੱਤੇ ਆਪਣੇ ਜਿਸਮ ਦੇ ਨਾਜ਼ੁਕ ਆਜ਼ਾਦ ਜਿਹੜੇ ਸੀ ਉਹਨਾਂ ਦੇ ਉੱਤੇ ਉਹ ਖਤਕਾਰ ਹੀ ਕਰਾਈ ਕਿ ਅਮਰੀਕੀ ਸਾਜ਼ਿਸ਼ ਨਾ ਮਨਜ਼ੂਰ ਔਰ ਪਿਛੇ ਵੀ ਉਹਨਾਂ ਦਾ ਹੁਣ ਕੀ ਕੀ ਕਰਨਾ ਹੈ ਅਜੇ ਵੀ ਉਹਨਾਂ ਲਹਾਇਆ ਹੋਣਾ ਕਿਉਂਕਿ ਉਹ ਨਹੀਂ ਬਾਜ਼ ਆਂਦੀ ਹੁਣ ਉਹਨਾਂ ਦਾ ਕੀ ਕਰਨਾ ਹੈ ਤੇ ਮਾਫੀ ਮੰਗ ਬੈਠੇ ਸਾਰਾ ਖਸਾਕਦਾ ਤੇ ਮੈਂ ਉਹਨਾਂ ਮਾਈਆਂ ਨਾਲ ਮੁਹਾਤਮਾ ਮੈਂ ਕਿਦਰੀ ਤੁਹਾਡੇ ਕੋਲ ਮੇਰੀ ਵੀਡੀਓ ਪਹੁੰਚਦੀ ਹੈ ਤੇ ਮੈਂ ਜਵਾਬ ਜ਼ਰੂਰ ਦੇ ਆ ਜੇ ਹੁਣ ਤੁਸੀਂ ਉਹ ਆਪਣਾ ਜਿਸਮ ਜਿਹੜਾ ਰੰਗ ਕਰਾਏ ਆ ਖਤਕਾਰੀ ਕਰਾਈ ਉੱਤੇ ਤਰੋਪੇ ਭਰਾਏ ਨੇ ਹੁਣ ਕੀ ਕਰਨਾ ਜੇ ਉਹਨੂੰ ਉਥੋਂ ਮਾਲਟੀਆਂ ਤੋਂ ਲਵਾਣਾ ਹੈ ਕਿ ਨਹੀਂ ਅਮਰੀਕੀ ਸਾਜ਼ਿਸ਼ਨਾ ਮਨਜ਼ੂਰੀ ਜਾਂ ਪਿੱਛੇ ਚੱਕੀ ਤੋਂ ਲਵਾਣਾ ਹੈ ਕਿ ਨਹੀਂ ਲਵਾਣਾ ਕੀ ਮਾਮਲਾ ਕੀ ਹੁਣ ਦੱਸੋ ਨਾ ਮੈਨੂੰ ਕੀ ਇਹਦਾ ਕਰਨਾ ਹੈ ਤੇ ਇਹ ਇਹ ਸਾਡੇ ਤੱਕ ਗੱਲ ਜਿਹੜੀ ਇਹ ਇਹ ਪਹੁੰਚ ਗਈ ਹੁਣ ਵੇਨੇ ਆ ਕਿ ਮਾਈਆਂ ਜਿਹੜੀਆਂ ਨੇ ਆਪਣੇ ਜਿਸਮ ਦੇ ਨਾਜ਼ਕ ਅਜ਼ਾਮਾਂ ਤੋਂ ਇਹ ਨਾਰਾ ਹਟਵਾਉਂਦੀਆਂ ਨੇ ਇਹ ਇੰਜ ਹੀ ਉਹਨਾਂ ਤੱਕਾ ਪ੍ਰੋਗਰਾਮ ਹੀ ਰੱਖਣਾ ਹੈਗਾ ਤੋੜ ਮਰਨ ਤੱਕ ਇਹਦਾ ਹੁਣ ਫੈਸਲਾ ਬਾਅਦ ਵਿੱਚ ਹੋਏਗਾ ਅੱਗੇ ਜਨਾਬ ਤੁਸੀਂ ਆਜੋ ਸ਼ੇਰ ਅਫਜ਼ਲ ਮਰਵਤ ਵੜ ਗਿਆ ਤੇ ਪਾਰਟੀ ਕੋਲੋਂ ਵੀ ਛੁੱਟੀ ਇਹ ਸ਼ੇਰ ਅਫਜ਼ਲ ਮਰਵਤ ਹਰ ਰੋਜ਼ ਖਬਰਾਂ ਦੇ ਵਿੱਚ ਰਹਿੰਦਾ ਕੱਲ ਵੀ ਅਸੀਂ ਤੁਹਾਨੂੰ ਦੱਸਿਆ ਕਿ ਸ਼ਰਾਬ ਪੀ ਕੇ ਕਿਸ ਤਰ੍ਹਾਂ ਉਹ ਨੰਗਾ ਹੋ ਰਿਹਾ ਸੀ ਕਪੜੇ ਲਾ ਕੇ ਸੁੱਟਣੇ ਸ਼ੁਰੂ ਕਰ ਦਿੱਤੇ ਤੇ ਫਿਰ ਮੁੰਡੇ ਉਹਨੂੰ ਫੜ ਕੇ ਲੈ ਗਏ ਹੁਣ ਤੇ ਮੁਕੰਮਲ ਤੌਰ ਤੇ ਹੀ ਵੜ ਗਿਆ ਵੜ ਇਸ ਤਰ੍ਹਾਂ ਗਿਆ ਕਿ ਖਾਤਾ ਇਹਦਾ ਖਤਮ ਹੋ ਗਿਆ ਚੰਦ ਦਿਨ ਪਹਿਲੇ ਇਹਨੂੰ ਚੇਅਰਮੈਨ ਪਬਲਿਕ ਅਕਾਊਂਟ ਕਮੇਟੀ ਆਸਤੇ ਇਹਦਾ ਨਾਮ ਦਿੱਤਾ ਗਿਆ ਮੋਰੀ 420 ਦੀ ਤਰਫੋਂ ਲੇਕਿਨ ਕੌਮੀ ਅਸੈਂਬਲੀ ਦੇ ਸਪੀਕਰ ਨੇ ਉਹ مسترد ਕਰ ਦਿੱਤਾ ਉਹਨਾਂ ਕਹਿੰਦੇ ਕਿ ਇਸ ਤਰ੍ਹਾਂ ਦੇ ਮੁੰਡੇ ਪਬਲਿਕ ਅਕਾਊਂਟ ਕਮੇਟੀ ਦੇ ਚੇਅਰਮੈਨ ਉਹ ਵੀ ਨੈਸ਼ਨਲ ਅਸੈਂਬਲੀ ਚ ਨਾ 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 ਇਹ ਚੱਕੀ ਗਰੁੱਪ ਇਹ ਅਸੀਂ ਬੰਦਾ ਨਹੀਂ ਰੱਖ ਸਕਦੇ ਕੋਈ ਹੋਰ ਬੰਦਾ ਲੈ ਕੇ ਆਓ ਕੁਸ਼ਾਫ ਸੁਥਰਾ ਉਸ ਤੋਂ ਬਾਅਦ ਉਹਨਾਂ ਨੇ ਹਾਮਦ ਰਜ਼ਾ ਦਾ ਨਾਮ ਦਿੱਤਾ ਹਾਮਦ ਰਜ਼ਾ ਦਾ ਨਾਮ ਵੀ ਮਸਤਰਦ ਹੋ ਗਿਆ ਕਿਉਂਕਿ 9 ਮਈ ਦੇ ਵਿੱਚ ਆਈਐਸਆਈ ਦੇ ਦਫ਼ਤਰ ਦੇ ਉੱਤੇ ਹਮਲਾਜ ਮਲਵਸੇ ਉਜਮਾਨਤ ਤੇ ਉਸ ਤੋਂ ਬਾਅਦ ਫਿਰ ਮਰਵਦ ਦਾ ਨਾਮ ਦਿੱਤਾ ਗਿਆ ਮਰਵਦ ਦੀ ਮੁਲਾਕਾਤ ਹੋਈ ਖਾਜਾ ਆਸਫ ਨਾਲ ਸਪੀਕਰ ਨਾਲ ਖੁਫੀਆ ਮੁਲਾਕਾਤ ਵੀ ਹੋਈ ਸੀ ਤੁਹਾਨੂੰ ਦੱਸਿਆ ਸੀ ਲੇਕਿਨ ਫਿਰ ਵੀ ਉਹਨਾਂ ਨੇ ਕਿਹਾ ਅੱਛਾ ਯਾਰ ਕੋਈ ਕੁਝ ਸ਼ਰਤਾਂ-ਸ਼ਰਤਾਂ ਲੱਗੀਆਂ ਕੋਈ ਬੰਦੇ ਸੱਜੇ ਖਬੇ کارਕੂਰ ਕਿਤੇ ਉਹਨਾਂ ਨੇ ਕਿਹਾ ਜੀ ਮੈਂ ਤੁਹਾਡੇ ਹੀ ਆਂਦੇਂ ਜੀ ਸਮਝੋ ਮੈਂ ਤੁਹਾਡੇ ਨਾਲ ਹੀ ਆ ਤੇ ਮੈਨੂੰ ਤੁਸੀਂ ਬਣਾ ਦਿਓ ਉਹਨਾਂ ਨੇ ਕਿਹਾ ਅੱਛਾ ਯਾਰ ਵੇਖ ਲੈਂਦੇ ਆ ਤੈ ਉਹ ਫਿਰ ਜਨਾਬ ਉਧਰੋਂ ਜਦੋਂ ਕੋਈ ਨੂੰ ਥੋੜਾ ਜਿਹਾ ਗ੍ਰੀਨ ਸਿਗਨਲ ਮਿਲ ਗਿਆ ਵਿਚਾਰੇ ਨੂੰ ਐ ਮਰਵਤ ਨੂੰ ਐ ਉਸ ਤੋਂ ਬਾਅਦ ਫਿਰ ਵਿੱਚ ਇਹ ਪੈ ਗਿਆ ਸਾਰੇ ਇਹਦੇ ਜਿਹੜੇ ਮੁਖਾਲਫ ਨੇ ਐ ਬਰਿਸਟਰ ਗੋਰ ਅਰੀ ਤੇ ਉਮਰ ਯੂਬ ਤੇ ਉਰਲੇ ਤੇ ਪਰਲੇ ਇਹ ਪੈ ਗਿਆ ਇਹਨਾਂ ਨੇ ਕੋਰ ਕਮੇਟੀ ਦਾ اجلاس ਕੱਢ ਮਾਰਿਆ ਕੱਲ ਕੱਢ ਕੇ ਉੱਥੇ ਕੁਝ 16 ਮੈਂਬਰ ਸੀ 16 ਮੈਂਬਰਾਂ ਦਾ اجلاس ਕੀਤਾ ਔਰ اجلاس ਦੇ ਵਿੱਚ ਉਹਨਾਂ ਨੇ ਪਬਲਿਕ ਅਕਾਊਂਟ ਕਮੇਟੀ ਆਸਤੇ ਵੋਟਿੰਗ ਜਿਹੜੀ ਉਹ ਕਰਾ ਦਿੱਤੀ ਜੋਕਰਾਂ ਨੇ ਪਹਿਲੇ ਗੱਲ ਰਲਾਈ ਸੀ ਕਿ ਇਹਨੂੰ ਕੱਢਣਾ ਵੋਟਿੰਗ ਕਰਾ ਦਿੱਤੀ ਤੇ ਉਹ ਸ਼ੇਖ ਵਕਾਸ ਅਕਰਮ ਜਿਹੜਾ ਫੌਜ ਤੇ ਹਮਲਿਆ 'ਚ ਮਲਬਸੇ 9 ਮਹੀਨਿਆਂ ਤੱਕ ਰੁਪੋਸ਼ ਉਹਦੇ ਉਹਦੇ ਹੱਥ 'ਚ ਵੋਟ ਨਿਕਲ ਆਇਆ ਤੇ ਮਰਵਤ ਜਿਹਨੂੰ ਨਾਮਿਨੇਟ ਕੀਤਾ ਸੀ ਮੋਰੀ 420 ਨੇ ਉਹਨੂੰ ਉੱਥੋਂ ਹਟਾ ਦਿੱਤਾ ਮੋਰੀ ਨੂੰ ਪਤਾ ਹੀ ਨਹੀਂ ਕਿ ਬੰਦਾ ਉਹਦਾ ਹਟਾ ਦਿੱਤਾ ਤੇ ਸ਼ੇਖ ਵਕਾਸ ਅਕਰਮ ਨੂੰ ਬਣਾ ਦਿੱਤਾ ਉੱਥੇ ਚੁਗ ਲਿਆ ਯਾਨੀ ਕਿ ਇਹ ਬੰਦਾ ਬਣੇਗਾ ਵੋਟਿੰਗ ਦੇ ਜ਼ਰੀਏ 9 ਉਹਨੂੰ ਪੈ ਤੇ 7 ਇਹਨੂੰ ਪੈ 16 ਇੱਕੋ ਠੀਕ ਹੋ ਗਿਆ ਤੇ ਇਹ ਮੁਕੰਮਲ ਤੌਰ ਤੇ ਇਹ ਮਰਵਤ ਜਿਹੜਾ ਇਹਨੂੰ ਵਾਰਡ ਦਿੱਤਾ ਗਿਆ ਕਮੇਟੀ ਕੋਰ ਕਮੇਟੀ ਦੀ ਤਰਫੋਂ ਔਰ ਸ਼ੇਖ ਵਕਾਸ ਅਕਰਮ ਨੂੰ ਜਿਹੜਾ 9 ਮਈ ਫੌਜ ਦੇ ਹਮਲੇ ਆ ਚ ਮਫਰੂਰ ਸੀ ਜ਼ਮਾਨਤ ਤੇ ਆ ਉਹਨੂੰ ਨਾਮਿਨੇਟ ਕਰ ਦਿੱਤਾ ਗਿਆ ਪਬਲਿਕ ਅਕਾਊਂਟ ਕਮੇਟੀ ਦੀ ਚੇਅਰਮੈਨ ਯਾਸਤੇ ਇਹ ਹੁਣ ਵੇਨੇ ਆ ਕਿ ਮਰਵਤ ਜਿਹੜਾ ਇਹ ਆਪਣਾ ਪ੍ਰੋਗਰਾਮ ਤੇ ਦਾ ਵੜ ਗਿਆ ਤੇ ਕਿਹਾ ਸ਼ੇਖ ਵਕਾਸ ਅਕਰਮ ਦਾ ਵੀ ਪ੍ਰੋਗਰਾਮ ਵੜਦਾ ਹੈ ਜਾਂ ਨਹੀਂ ਕਿਹੜਾ ਤਰੀਕ ਇਨਸਾਫ ਦਾ ਪ੍ਰੋਗਰਾਮ ਵੀ ਵੜਦਾ ਹੈ ਕਿ ਨਹੀਂ ਲੱਗਦਾ ਇਹ ਜੀ ਇਹ ਕਿਹਨੇ ਵੜਨ ਹੈ ਇਹ ਕਿਧਰੇ ਨਾ ਕਿਧਰੇ ਦੀ ਗੱਲ ਹੋ ਗਈ ਨੌਨ ਲੀਗ ਨਾਲ ਮੈਨੂੰ ਨਜ਼ਰ ਆਉਂਦਾ ਇੱਕ ਸ਼ੱਕ ਪੈਂਦਾ ਮੈਨੂੰ ਠੀਕ ਹੋ ਗਿਆ ਅੱਗੇ ਜਨਾਬ ਤੁਸੀਂ ਆ ਜਾਓ ਖਾਬਰ ਅਮਰੀਕਾ ਦਾ ਛੱਕਾ ਤੇ ਪੀਰਨੀ ਫੇਰ ਫੱਦੀ ਗਈ ਇਹ ਹੁਣ ਖਾਬਰ ਅਮਰੀਕਾ ਜਿਹੜਾ ਇਹ ਤੇ ਪੀਰਨੀ ਇਹ ਹੁਣ ਅਦਾਲਤ ਦੇ ਵਿੱਚ ਇਹਨਾਂ ਦੀ ਜੰਗ ਹੈ ਜ਼ਮਾਨਤ ਦਾ ਕੇਸ ਹੈ ਠੋਕਾ ਠਕਾਈ ਕੇਸ ਹੈ ਹਦੂਦ ਦਾ ਕੇਸ ਹੈ ਉਹਦੇ ਵਿੱਚ ਪੀਰਨੀ ਜ਼ਮਾਨਤ ਚਾਹਦੀ ਹੈ ਤੇ ਖਾਬਰ ਉਹਨੂੰ ਅੰਦਰ ਰੱਖਣਾ ਚਾਹੁੰਦਾ ਪੀਰਨੀ ਦੇ ਬੱਚੇ ਦੋ ਗਰੁੱਪਾਂ ਦੇ ਵਿੱਚ ਤਕਸੀਮ ਹੋ ਗਿਆ ਬੜੀ ਬਦਕਿਸਮਤੀ ਹੈ ਔਰ ਥੋਕਾ ਠਕਾਈ ਕੇਸ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਬਲਕਿ ਗਰਮੀ ਚੜ ਚੁੱਕੀ ਹੈ ਹਰ ਪਾਸੇ ਦੋਨਾਂ ਪਾਸੇ ਗਰਮੀ ਹੀ ਗਰਮੀ ਹੈ ਤੇ ਪਹਿਲੇ ਦੋ ਬੇਟੀਆਂ ਆਈਆਂ ਉਹਨਾਂ ਨੇ ਕੁਰਾਨ ਪਾਕ ਤੇ ਹਲਫ ਉਠਾਏ ਕਿ ਸਾਡੀ ਮਾਂ ਜਿਹੜੀ ਉਹ ਨੇਕ ਹੈ ਤੇ ਉਹ ਬਦਕਾਰ ਨਹੀਂ ਔਰ ਇਮਰਾਨ ਖਾਨ ਸਾਹਿਬ ਵੀ ਨੇਕ ਨੇ ਤੇ ਉਹ ਵੀ ਨੇਕ ਹੈ ਤੇ ਲਿਹਾਜ਼ਾ ਇਹਦੀ ਇਹਨਾਂ ਦੀ ਜ਼ਮਾਨਤ ਕੀਤੀ ਜਾਏ ਉਸ ਤੋਂ ਬਾਅਦ ਉਹਦੀ ਇੱਕ ਕੁੜੀ ਤੇ ਇੱਕ ਮੁੰਡਾ ਆ ਗਿਆ ਉਹਨਾਂ ਨੇ ਉਲਟਾ ਉਹਦੇ ਪਈਆ ਚਲਾਇਆ ਉਹਨਾਂ ਕਿਹਾ ਬਈ ਬਦਕਾਰ ਹੈ ਇਹ ਨਿਆਜੀ ਸਾਡੇ ਘਰ ਆਉਂਦਾ ਹੁੰਦਾ ਸੀ ਹਰ ਦੂਸਰੇ ਚੌਥੇ ਦਿਨ ਆ ਕੇ ਠੋਕ ਠਕਾ ਹੀ ਕਰਦਾ ਸੀ ਇਹ ਹਦੂਦ ਜਿਹੜੀ ਇਹ ਪਾਰ ਕਰਦਾ ਸੀ ਮੇਰੇ ਸਾਡੇ ਵਾਲਦ ਦੀ ਗੈਰ ਮੌਜੂਦਗੀ 'ਚ ਇੱਥੇ ਆ ਕੇ ਰਾਤਾਂ گزارਦਾ ਸੀ ਇਹ ਬਦਕਾਰ ਇਹਨੂੰ ਸਜ਼ਾ ਦਿੱਤੀ ਜਾ। ਯਾਨੀ ਕਿ ਦੋ ਬੱਚੇ ਮਾਂ ਦੇ ਅੱਖੇ 'ਚ ਹੋ ਗਏ ਦੋ ਖਾਬਰ ਮਨੇਕਾ ਦੇ ਹੱਕ 'ਚ ਹੋ ਗਏ। ਹੁਣ ਮਨੇਕਾ ਜਿਹੜਾ ਉਹਨੇ ਛੱਕਾ ਮਾਰਿਆ ਤੇ ਪੀਰਨੀ ਨੂੰ ਫੇਰ ਉਹਨੇ ਨਾ ਥੱਲੇ ਸੁੱਟਿਆ। ਉਹਨੇ ਕਿਹਾ ਜੀ ਪੀਰਨੀ ਜਿਹੜੀ ਹੈ ਮੇਰੇ ਨਾਲ ਨਿਕਾਹ ਦੇ ਵਕਤ ਮੋਰੀ ਦੇ ਨਾਲ ਵਕਤ گزارਦੀ ਸੀ। ਹੁਣ ਸੁਣਾਓ ਅੰਨੇ ਮੇਰੇ ਨਾਲ ਨੇ ਕਈ ਸੀ ਜਦੋਂ ਉਦੋਂ ਵੀ ਜਾ ਕੇ ਖੜਕਵਾਂਦੀ ਸੀ ਇਹ ਆਪਣਾ ਜਿਹੜਾ ਨਾ ਸਿਟੀ ਚ ਦਾਣਾ ਪਵਾਉਂਦੀ ਸੀ ਤੇ ਨਾਲ ਅੱਗੋ ਸੋਹਣੇ ਤੇ ਸੁਆਗਾ ਕੀ ਆਂਦਾ ਆਂਦਾ ਇੱਕ ਵਕਤ ਐਸਾ ਵੀ ਆਇਆ ਸੀ ਕਿ ਪੀਰਨੀ ਇੱਕ ਹੀ ਵਕਤ ਤੇ ਖਾਬਰ ਯਾਨੀ ਕਿ ਮੇਰੇ ਨਾਲ ਖਾਬਰ ਮਨੇਕਾ ਨਾਲ ਤੇ ਮੋਰੀ 420 ਨਾਲ ਨਕਾਈ ਦੇ ਵਿੱਚ ਆਂਦਾ ਇੱਕ ਇੱਕ ਵਕਤ ਐਸਾ ਵੀ ਆਇਆ ਸੀ ਕੁ ਦੋ ਚਾਰ ਦਿਨ ਦਾ ਕਿ ਜਦੋਂ ਇਹ ਖਾਬਰ ਮਨੇਕਾ ਨਾਲ ਵੀ ਨਕਾਈ ਸੀ ਤੇ ਉਹਦੇ ਨਾਲ ਵੀ ਨਕਾਈ ਸੀ ਆਂਦਾ ਐਸਾ ਵਕਤ ਵੀ ਇੱਕ ਆਇਆ ਸੀ ਤੇ ਇਹ ਲਿਹਾਜ਼ਾ ਇਹਨੂੰ ਇਹਨੂੰ سزا ਦਿੱਤੀ ਜਾਏ ਔਰ ਇਹਨੂੰ ਕਿਸੇ ਸੂਰਤ ਵਿੱਚ ਵੀ ਜ਼ਮਾਨਤ ਨਾ ਦਿੱਤੀ ਜਾਏ ਬਾਰਲ ਮਾਮਲਾ ਹੁਣ ਅਦਾਲਤ ਦੇ ਵਿੱਚ ਫਸ ਗਿਆ ਇਧਰੋਂ ਖਾਬਰ ਮਨੇਕਾ ਛੱਕੇ ਮਾਰੀ ਜਾਂਦਾ ਉਧਰੋਂ ਉਹਦੀਆਂ ਦੋ ਕੁੜੀਆਂ ਜਿਹੜੀਆਂ ਪੀਰਨੀ ਦੇ ਨਾਲ ਨੇ ਉਹ ਛੱਕੇ ਮਾਰੀ ਜਾਂਦੀਆਂ ਨੇ ਵੇਖੋ ਇਹਦੇ ਥੋਕਾ ਠਕਾਈ ਕੇਸ ਹੀ ਚੌਣ ਕੀ ਨਿਕਲਦਾ ਹੁਣ ਪਤਾ ਨਹੀਂ ਇਹ ਜਿੰਨੇ ਕੁ ਇਲਜ਼ਾਮਾਂ 'ਚ ਲੱਗ ਗਏ ਨੇ ਜੱਜ ਜਿਹੜਾ ਉਹ ਕੀ ਸਮਝਦਾ ਕੀ ਸੋਚਦਾ ਅਗਲੇ 10 ਤੋਂ 12 ਦਿਨ ਦੇ ਵਿੱਚ ਇਸ ਕੇਸ ਇਸ ਕੇਸ ਦਾ ਫੈਸਲਾ ਹੁੰਦਾ ਮੈਨੂੰ ਨਜ਼ਰ ਆਉਂਦਾ ਜਾਂ ਤੇ ਪੀਰਨੀ ਛੁੱਟ ਜਾਈ ਦੀ ਤੇ ਬੱਜੀ ਤੇ ਫਰੋ ਗਈ ਹੈ ਬਹੁਤ ਸ਼ੁਕਰੀਆ